ਪਠਵਾੜਾ ਟਾਉਨੀ ਤਰਫੋਂ ਅਸਲਾਮ ਅਲੈਕੁਮ। ਚੋਹਾ ਖਾਲਸਾ ਜੀ ਮੌਜੂਦ ਹੈ ਜੀ, ਬੜੀ ਬੈਠਕ ਅੱਜ ਲਾਈ ਹੈ ਜੀ ਪਾਕਿਸਤਾਨ ਤਰੀਕੇ ਇਨਸਾਫ ਨੇ, ਅਤੇ ਮੁਤਵੱਕੋ ਉਮੀਦਵਾਰ ਹੈ ਜਿਹੜੇ ਜੀ ਮਰੀ, ਕਹੂਟਾ, ਕੱਲਰ, ਸੈਦਾਂ ਔਰ ਗੁਜਰਖਾਨ ਨੇ ਜੀ, ਅਤੇ ਅੱਛੋ ਤੁਸੀਂ ਜੀ ਸਾਰੀ ਕਰਵਾਈ ਦੱਸਣੀ ਹੈ ਜੀ। ਪਿੱਛੇ ਗੱਲ ਕੀਤੀ ਕਿ ਆਸਿਫ ਨੇ ਜ਼ਰਦਾਰੀ ਔਰ ਨਵਾਜ਼ ਸ਼ਰੀਫ ਨੇ ਜਿਹੜਾ ਗੱਠਜੋੜਾ, ਤੁਸੀਂ ਬੀਬੀ ਨੇ ਪਾਰਟੀ ਔਰ ਬੀਬੀ ਨੇ ਜਿਆਲਾ ਬੁਨਿਆਦਪੁਰ ਸਭ ਤੋਂ ਪਹਿਲੇ ਗੱਲ ਹੈ ਕਿ ਉਹ ਪਿੱਸੀ ਗਿਆ। ਦੋਨ ਪੀਪਲਸ ਪਾਰਟੀ ਵਾਲੇ ਇੱਕ ਰੈਂਟਲ ਜਿਹਾ ਕੇਸ ਚਾਹੀਦੇ ਸੀ ਚੱਲ ਰਹੇ ਸੀ, ਉਸ ਜ਼ਾਹਿਰ ਹੈ ਜਿਹੜੇ ਬੀਬੀ ਨੇ ਲੋਕ ਹੈ ਉਹਨਾਂ ਨਾਲ ਤਾਂ ਕੰਮ ਨਹੀਂ ਚੱਲਣਾ, ਕਿਸੇ ਹੋਰ ਸੰਦ ਚੱਲੀ ਸਕਣਾ। ਜਵੇਦ ਕੋਸ ਸਾਹਿਬ ਨੇ ਬਾਰੇ ਮੈਂ ਸੱਚੀ ਗੱਲ ਇਸ ਤੋਂ ਜ਼ਿਆਦਾ ਨਹੀਂ ਜਾਣਦਾ ਮੈਂ ਕਿ ਇਹ ਮਿਲੇ ਨੂੰ ਚੋਹੇ ਨਹੀਂ ਸਮੋਟ ਮਿਲੇ, ਜਿੱਥੇ ਮਾੜਾ ਇੱਕ ਭਰਾ ਹੋਰ ਵੀ ਸਾ ਇੱਥੇ ਆਦਮੀ ਕੀ ਨਜ਼ਰ ਆਇਆ, ਫਿਰ ਗਿਆ ਸਫੀਰ ਨਾ ਇਸ ਨੇਰਾ ਫਿਰ ਗਿਆ ਚਲਾ ਗਿਆ, ਚਲੋ ਮੇਰੇ ਬਹਿ ਨੇਰਾ ਤੂੰ। ਅੱਛਾ ਜੀ, ਉਹ ਮੈਂ ਉਹ ਮਿਗੀ ਆਖਦੇ ਸੈਲ ਹੋਏ। ਅੱਛਾ ਬੁਖਾਰੀ ਸਾਹਿਬ ਤੋਂ ਸਾਡਾ ਬਹੁਤ ਸੱਚੀ ਗੱਲ ਹੈ, ਕਿਉਂਕਿ ਜਿੱਥੇ ਬੰਦਾ ਬੈਠਾ ਉੱਠਾ ਹੋਣਾ ਉੱਠਿਆ ਹੋਣਾ ਉੱਥੇ ਕਾਫੀ ਖਾਧਾ ਪੀਤਾ ਹੋਣਾ, ਆਪਕੇ ਲਾਲ ਨੂੰ ਤਕਾਜ਼ਾ ਤਾਂ ਹੈ ਕਿ ਤਾਂ ਯਾ ਹੋਣਾ ਨਾ ਇਹਦਾ ਕਿ ਨਹੀਂ ਹੋਣਾ, ਉਹ ਵੀ ਆਖਦੇ ਇਹਦਾ ਉਹਨਾਂ ਨੇ ਖਿਆਲ ਰੱਖੀ। ਮੈਂ ਜੀ ਤੁਸੀਂ ਨੇ ਕੁਦਰਾ ਮੈਂ ਕਿਹਾ ਮੈਂ ਤਾਂ ਕਲਾਸ ਫੈਲ ਹੋ, ਮੈਂ ਜੀ ਚੰਗੇ ਭਲੇ ਉਹਨਾਂ ਦਾ ਨਾਇਤ ਖੁਸ਼ਹਾਲ ਆਦਮੀ ਹੈ, ਉਹਨਾਂ ਇਹਦਾ ਸਿਆਸਤ ਵਿੱਚ ਬਹੁਤ ਅਰਸਾ ਹੋ ਗਿਆ ਉਹਨਾਂ ਕੀ ਚੱਲਿਆ ਫਿਰਨਿਆ ਔਰ ਕੰਮ ਕਰਨਿਆ, ਅਤੇ ਪਤਾ ਨਹੀਂ ਇਸ ਵਾਰ ਉਹਨੇ ਕੋਈ ਕਾਮਯਾਬੀ ਮਿਲ ਸੀ ਜਾਂ ਨਹੀਂ ਮਿਲ ਸੀ। ਮੈਂ ਜੀ ਜੇ ਸਾਡੇ ਪਾਸੇ ਦੇ ਅਗਰ ਉਹਨੇ ਟਿਕਟ ਮਿਲਿਆ ਤਾਂ ਜੀ ਅਸਾਂ ਪੂਰਾ ਯਕੀਨ ਦਿਲਾਈ ਦੇ ਤੁਸੀਂ ਕਿ ਤੁਸੀਂ ਚੋਹੇ ਵਾਲੇ ਸਾਂ ਜਿਹੜਾ ਉਹ ਰਾਜਾ ਰਿਆਸਤ ਦਾ ਮਾਨ ਆ ਮਰੂਮ ਮਕਫੂਰ ਸ਼ਹੀਦ, ਮੈਂ ਉਸਨੇ ਬੇਸਿਸ ਪੂਰੇ ਆਖਦਾ ਕਿ ਮੈਂ ਜੀ ਅਸਾਂ ਤੁਸਾਂ ਨੇ ਉਸ ਬੰਦੇ ਕੀ ਪਰੇਸ਼ਾਨ ਨਿਆ ਆਉਣ ਦੇ। ਬਾਕੀ ਇਲੈਕਸ਼ਨ ਵਿੱਚ ਪੀ ਟੀ ਆਈ ਮੈਂ ਆਇਆਂ ਜਾਂ ਤਾਰਿਕ ਗੁਰਜ਼ਾ ਜਾਂ ਜਵੇਦ ਕੋਸਰ ਸਾਹਿਬ ਹੈ ਜਾਂ ਸਦਾਕਤ ਸਾਹਿਬ, ਅਸਾਂ ਇਤਨੇ ਇੰਪੋਰਟੈਂਸ ਨਾ ਰੱਖਣੀ, ਇਸ ਲਈ ਰੱਖਣਾ ਇਮਰਾਨ ਖਾਨ ਜਿਸ ਦੀ ਕਿ ਮਿਹਨਤ ਹੈ, ਔਰ ਮੈਂ ਸਮਝਦਾ ਕਿ ਉਸਨੇ ਆਈਡੀਏ ਉਸਨੇ ਨਜ਼ਰੀਏ ਨੇ ਗੈਰ ਪਾਕਿਸਤਾਨ ਨੇ ਅੰਦਰ ਉਸਨੇ ਨਵਾਜ਼ ਸ਼ਰੀਫ ਔਰ ਜਿੰਨੇ ਕਰਪਟ ਮਾਫੀਆ ਨੇ ਲੋਕ ਸੇ ਆਪਣੇ ਇਰਦ ਗਿਰਦ ਗੁਮਾਈ ਨਹੀਂ ਬਿਨ ਚੱਕਰ ਕਰੀ ਤਾਂ ਆਪਣੇ ਅੰਜਾਮ ਉੱਪਰ ਪਹੁੰਚਾਈ ਸਕੇ। ਔਰ ਪਾਕਿਸਤਾਨ ਕੀ ਤੁਸੀਂ ਇਸ ਤਰ੍ਹਾਂ ਜਾਣਦੇ ਹੋ ਕਿ ਬਚਾਉਣ ਦਾ ਮੌਕਾ ਵੀ ਇਹ ਆ ਕਿ ਪਾਕਿਸਤਾਨੀ 70 ਸਾਲਾ ਤਾਰੀਖ ਦੇ ਅੰਦਰ ਅਗਰ ਕੋਈ ਪਾਕਿਸਤਾਨ ਕੀ ਬਚਾਉਣ ਵਾਸਤੇ ਕੋਈ ਕੋਈ ਅਗਰ ਮਸਲ ਇਮਰਾਨ ਖਾਨ ਇਤਨੀ ਮਿਹਨਤ ਕੀਤੀ ਤਾਂ ਤੁਸੀਂ ਨੇ ਵੀ ਹਿੰਮਤ ਤਾਕਤ ਜ਼ਰੂਰਤ ਇਹਨਾਂ ਤਮਾਮ ਬਦਮਾਸ਼ਾਂ ਸੀ ਇਹਨਾਂ ਜਿਹੜਾ ਇੱਕ ਪਟਵਾਰੀਆਂ ਦਾ ਮਾਹੌਲ ਆ, ਇੱਕ ਥਾਣੇਦਾਰੀ ਦਾ ਮਾਹੌਲ ਆ, ਜਿਸੇ ਥਾਣੇ ਵਿਕਨੇ ਫਲਾਮ ਵਿਕਨੇ ਤਫਤੀਸ਼ ਵਿਕਨੀ, ਇਸ ਸਾਰੇ ਸੀ ਅਗਰ ਆਜ਼ਾਦ ਕਰਵਾਉਣਾ ਤਾਂ ਇਸ ਵਿੱਚ ਤੁਸਾਂ ਲੋਕਾਂ ਨੇ ਵੀ ਅਗਰ ਖਾਨ ਸਾਹਿਬ ਤੁਹਾਡੇ ਵਾਸਤੇ ਇਤਨੀ ਨਹਾਤੀ 21 ਸਾਲਾ ਜੰਗ ਲੜੀ ਦਾ ਸਾਨੂੰ ਤੁਸਾਂ ਕਿਹਦੀ ਇਸ ਵਾਸਤੇ ਇਕੱਠਿਆਂ ਸਤਾਵਨ ਕਰਨਾ ਪਏ ਪ੍ਰੋਗਰਾਮ ਨਹੀਂ ਦਾਵਤ ਅਸਾਂ ਕਿ ਦੂਸਰੇ ਪ੍ਰੋਗਰਾਮ ਵਿੱਚ ਮਿਲੀ ਔਰ ਅਸਾਂ ਮਤਲਬ ਕੋਈ ਇਸ ਪ੍ਰੋਗਰਾਮ ਨਾਲ ਕੋਈ ਜਿਹੜਾ ਅੱਜ ਅਗਰਾਜ਼ ਉਹ ਮਕਾਸਦ ਦਾ ਪਤਾ ਕੋਈ ਨਹੀਂ ਕਿ ਤੁਸੀਂ ਕੁਛ ਆਫਿਸ ਨਾਲ ਇਫਤਾਰ ਕਰਨਾ ਚਾਹੁੰਦੇ ਜਾਵੇਦ ਕੋਸੂ ਸਾਹਿਬ ਨੇ ਇੰਟਰੋਡਕਸ਼ਨ ਦਾ ਸਰ ਪ੍ਰੋਗਰਾਮ ਜਾਵੇਦ ਕੋਸੂ ਸਾਹਿਬ ਸਾਡੇ ਤਕਰੀਬਨ 6-7 ਸਾਲ ਨਾਲ ਬੜਾ ਜ਼ਬਰਦਸਤ ਸਾਡਾ ਤਲਕ ਆ ਬਿਲਕੁਲ ਔਰ ਬੜੇ ਸ਼ਰੀਫ ਨਫਸ ਆਦਮੀ ਔਰ ਬਾਕੀ ਚਲੋ ਹੁਣ ਇਹਨਾਂ ਦਾ ਵੀ ਏਰੀਆ ਤਾਂ ਅਸਾਂ ਵੀ ਇੱਥੋਂ ਇਲੈਕਸ਼ਨ ਲੜਨ ਦੀ ਖਾਹਿਸ਼ ਰੱਖ ਰਹੇ ਹਾਂ, ਲਾਸਟ ਟਾਈਮ ਵੀ ਲੜੇ ਹਾਂ ਬੜਾ ਅੱਛਾ ਲੋਕਾਂ ਦਾ ਰਿਸਪੋਂਸ ਰਿਹਾ। 2013 'ਚ ਪੀ ਟੀ ਆਈ ਇੱਕ ਨਵੀਂ ਪਾਰਟੀ ਸੀ ਔਰ ਨਾ ਕਿਸੇ ਵਰਕਰ ਨਾ ਕਿਸੇ ਕੀ ਪਤਾ ਸਾ, ਨਾ ਅਸਾਂ ਕੋਈ ਸਹੀ ਤਰ੍ਹਾਂ ਨੇ ਪੋਲਿੰਗ ਏਜੰਟ ਸੇ ਔਰ ਨਾ ਦਿਹਾਤੀ ਏਰੀਆ 'ਚ ਕੋਈ ਤਰੀਕੇ ਇਨਸਾਫ ਨਹੀਂ ਲੋਕਾਂ ਦੀ ਕੋਈ ਇੰਟਰੋਡਕਸ਼ਨ ਨਹੀਂ ਸੀ ਸਹੀ, ਇਸੇ ਬਾਵਜੂਦ ਅਸਾਂ ਤਕਰੀਬਨ ਕਮੋਵੇਸ਼ 50,000 ਨੇ ਗਰੀਬ ਵੋਟ ਸਾਡੀ ਪਾਰਟੀ ਇੰਨੇ 50 'ਚ ਚਾਇਆ ਜਿਹੜਾ ਬਹੁਤ ਇੱਕ ਰਿਮਾਰਕੇਬਲ ਅਚੀਵਮੈਂਟ ਸੀ। ਫਸਟ ਟਾਈਮ ਐਵਰ ਕੈਂਡੀਡੇਟਸ ਵੀ ਤਕਰੀਬਨ ਨਵੇਂ ਸੀ ਔਰ ਪਾਰਟੀ ਵੀ ਨਵੀਂ ਸੀ। ਹੁਣ ਅੱਲਾ ਨੇ ਫਸਲੋ ਕਰਮ ਨਾਲ ਖਾਸ ਕਰ 2014 ਨੇ ਧਰਨੇ ਤੋਂ ਬਾਅਦ ਔਰ ਉਸ ਤੋਂ ਬਾਅਦ ਜਿਹੜੇ ਖਾਨ ਸਾਹਿਬ ਨੇ ਇੱਕ ਮੁਸਤਕਿਲ ਜਦੋ ਜਹਿਦ ਦੀ ਉਹਨਾਂ ਨੇ ਕੌਮੀ ਪਲੇਟਫਾਰਮ ਪਰ ਬਾਕੀ ਸਾਡੇ ਜਿਹੜੇ ਕਾਰਕੁਨਾਂ ਨੇ ਉਹਨਾਂ ਇਸ ਪਾਰਟੀ ਕੀ ਜ਼ਿੰਦਾ ਰੱਖਿਆ ਔਰ ਲੋਕਾਂ ਕੀ ਇਨਵੋਲਵ ਰੱਖਿਆ। ਇਸ ਵਕਤ ਇਨਸ਼ਾ ਅੱਲਾ
ਸਾਰੇ ਹਾਲਾਤ ਜਿਹੜੇ ਆ ਨਾ ਉਹ ਇਸ ਤਰਫ ਜਾ ਰਹੇ ਕਿ ਹਰ ਅਗਲੇ ਦਿਨ ਨਵਾਜ਼ ਸ਼ਰੀਫ ਹਨ ਜਿਹੜੀ ਇੱਕ ਨਿਜ਼ਾਮ ਦੇ ਤਹਿਤ ਉਹ ਜਿਹੜੇ ਉਹਨਾਂ ਦਾ ਕਬਜ਼ਾ ਸਾ ਨਾ ਉਹ ਉਸਨੇ ਇੱਕ ਇੱਕ ਟਹਿਣੀ ਪਈ ਔਰ ਇਨਸ਼ਾਅੱਲਾ ਜਿਸ ਦਿਨ ਇਹ ਨਿਗਰਾਨ ਹਕੂਮਤ ਆਈ ਉਸ ਦਿਨ ਬੜਾ ਝਟਕਾ ਲੱਗ ਸੀ ਔਰ ਉਸ ਤੋਂ ਬਾਅਦ ਜਿਹੜਾ ਨਵਾਜ਼ ਸ਼ਰੀਫ ਦੇ ਖਿਲਾਫ ਇਹ ਫੈਸਲਾ ਆਇਆ ਉਸ ਦਿਨ ਮਾੜਾ ਇਹ ਤੁਸੀਂ ਤਜੀਆ ਆਇਆ ਕਿ ਇਨਸ਼ਾਅੱਲਾ ਜਿਹੜਾ ਇੱਕ ਨਾਰਮਲ ਵੋਟਰ ਹੈ ਨਾ ਮੁਸਲਿਮ ਲੀਗ ਨੂਨ ਦਾ ਉਸ ਕੋਲ ਵੀ ਕਾਫੀ ਮਵਾਦ ਹੋਈ ਸੀ ਜੋ ਨਵਾਜ਼ ਸ਼ਰੀਫ ਨੂੰ ਸਪੋਰਟ ਨਹੀਂ ਕਰ ਅੱਜ ਤਾਂ ਨਵਾਜ਼ ਸ਼ਰੀਫ ਨਾਲ ਬਿਆਨ ਹੀ ਆਇਆ ਨਾ ਜੀ ਕਿ ਮੁਝੇ ਜੋ ਹੈ ਨਾ ਕਿਉਂ ਨਿਕਾਲਾ ਉਹਨਾਂ ਦਾ ਮੌਕਫ ਇਹ ਹੈ ਕਿ ਜੀ ਮੈਂ ਕੋਈ ਕਰਪਸ਼ਨ ਨਹੀਂ ਕੀਤੀ ਲੰਮੀ ਅਕਾਮੇ ਪਰ ਕੱਢਿਆ ਹਾਲਾਂਕਿ ਜਿਹੜਾ ਨੈਬ ਨਾਲ ਕਾਨੂੰਨ ਆ ਉਹ ਬੜਾ ਵਾਜ਼ੇ ਆ ਕਿ ਕੋਈ ਵੀ ਐਸਾ ਆਦਮੀ ਜਿਹੜਾ ਕਿਸੇ ਸਰਕਾਰੀ ਅਹੁਦੇ ਪਰ ਬੈਠ ਔਰ ਉਸਨੇ ਉਸ ਦੌਰਾਨ ਕੋਈ ਐਸੀ ਪ੍ਰੋਪਰਟੀ ਉਸ ਕੋਲ ਅਗਰ ਪਕੜੀ ਜਾਣੀ ਉਸ ਨਾਲ ਸਬੂਤ ਉਸ ਦੇਣਾ ਕਿ ਇਹ ਪ੍ਰੋਪਰਟੀ ਉਸ ਕਿੱਥੋਂ ਆ ਨਵਾਜ਼ ਸ਼ਰੀਫ ਕੋਲ ਡੇਢ ਸਾਲ ਹੋਈ ਆ ਉਹ ਜਿਹੜੇ ਫਲੈਟ ਆ ਜਿਹੜੀਆਂ ਪ੍ਰੋਪਰਟੀਜ਼ ਆ ਜਿਹੜੀਆਂ ਫੈਕਟਰੀਆਂ ਆ ਮਿੱਲਾਂ ਆ ਕਿਸੇ ਨਾ ਕੋਈ ਸਬੂਤ ਨਾ ਲਿਹਾਜ਼ਾ ਇਹ ਰੋਜ਼ੇ ਰੋਸ਼ਨ ਦੀ ਤਰ੍ਹਾਂ ਗੱਲ ਆਇਆ ਹੀ ਕਿ ਨਵਾਜ਼ ਸ਼ਰੀਫ ਕੀ ਕਰਪਸ਼ਨ 300 ਅਰਬ ਰੁਪਏ ਦੀ ਕਰਪਸ਼ਨ ਉਸਕੀ ਸਜ਼ਾ ਹੋ ਸੀ ਜਿਸ ਦਿਨ ਸਜ਼ਾ ਹੋ ਸੀ ਕੋਈ ਵੀ ਮੁਸਲਿਮ ਲੀਗ ਨੂਨ ਨਾ ਵੋਟਰ ਜਿਹੜਾ ਨਵਾਜ਼ ਸ਼ਰੀਫ ਕਿਸ ਗੱਲ ਵੋਟ ਦੇਣਾ ਕਿ ਇਹ ਘੱਟ ਚੋਰ ਆ ਜ਼ਰਦਾਰੀ ਬੜਾ ਚੋਰ ਆ ਇਹ ਜ਼ਰਾ ਘੱਟ ਚੋਰ ਆ ਇਹ ਸਾਬਤ ਹੋਈ ਸੀ ਕਿ ਸਰਦਾਰੀ ਤੋਂ ਕਿਸੇ ਕੀਮਤ ਪਰ ਇਹ ਘੱਟ ਚੋਰ ਨਾ ਦੋਏ ਬਰਾਬਰ ਨਾ ਚੋਰ ਲਿਹਾਜ਼ਾ ਜਿਹੜੇ ਕਾਰਕੁਨਾਨ ਨੇ ਉਹਨਾਂ ਨੇ ਕੰਮ ਆ ਕੇ ਇਸ ਮਾਹੌਲ ਸਾ ਤਿਆਰ ਰਹਿਣ ਬਿਕੋਜ਼ ਤੁਸਾਂ ਲੋਕ ਹੋ ਜਿੰਨਾ ਸਾਡਾ ਪੈਗਾਮ ਪਾਰਟੀ ਨਾ ਲੋਕਾਂ ਤੱਕ ਪਹੁੰਚਾਉਣਾ ਇਹ ਕੋਈ ਸ਼ਾਦੀਆਂ ਵਿਆਹਾਂ 'ਚ ਕੋਈ ਫਲੀਮਿਆਂ 'ਚ ਬਹਿਸ ਮੁਬਾਇਸੇ 'ਚ ਇਸ ਵਾਸਤੇ ਇਹ ਬਿਲਕੁਲ ਸਮਝ ਗਏ ਕਿ ਕਨਫਰਮ ਆ ਇਨਸ਼ਾਅੱਲਾ ਅਗਲਾ ਦੌਰ ਤਹਿਰੀਕ ਇਨਸਾਫ ਨਾ ਆ ਔਰ ਅਸਾਂ ਦੀ ਦੁਆ ਹੈ ਕਿ ਤਹਿਰੀਕ ਇਨਸਾਫ ਜਿਸ ਤਰ੍ਹਾਂ ਮੁਸਲਿਮ ਲੀਗ ਨੂਨ ਜਾਂ ਪੀਪਲਸ ਪਾਰਟੀ ਲੋਕਾਂ ਹੀ ਮਾਯੂਸ ਕੀਤਾ ਤਹਿਰੀਕ ਇਨਸਾਫ ਉਹ ਜਿਹੜੀਆਂ ਉਮੀਦਾਂ ਹੀ ਉਸ ਪਰ ਪੂਰਾ ਉਤਰੇ ਅਸਾਂ ਵੀ ਆਪਣੀਆਂ ਕੋਸ਼ਿਸ਼ ਕਰਦੇ ਹਾਂ ਤੁਸੀਂ ਵੀ ਕੋਸ਼ਿਸ਼ ਕਰੋ ਫਿਲਹਾਲ ਜਿਹੜਾ ਇਹ ਅਗਲਾ ਮਾਰਕ ਆ ਇਸ ਵਾਸਤੇ ਇਤਰਾ ਜ਼ਰੂਰੀ ਆ ਕਿ ਆਪਣਾ ਤਨਜ਼ੀਮੀ ਨੈਟਵਰਕ ਮਜ਼ਬੂਤ ਕਰੋ ਔਰ ਜਿਹੜੇ ਸਾਡੇ ਮੁਤਵਕੋ ਕੈਂਡੀਡੇਟਸ ਹੈ ਦੋ ਤਿੰਨ ਤਿੰਨ ਹਰਲ ਏਰੀਏ 'ਚ ਸਾਰੇ ਆਪਣੀ ਆਪਣੀ ਪਰਫਾਰਮੈਂਸ ਸ਼ੋਅ ਕਰਨ ਔਰ ਪਾਰਟੀ ਵੀ ਇਨਸ਼ਾਅੱਲਾ ਕੋਈ ਅੱਛਾ ਜਿਹੜਾ ਫੈਸਲਾ ਕਰ ਸੀ ਸਾਰੇ ਅਸਾਂ ਉਸ ਫੈਸਲੇ ਨਾ ਲਿਓ ਸਾਡੀ ਚੋਈ ਦੁਕਾਨ ਸਭ ਤੋਂ ਪਹਿਲੇ ਮੈਂ ਸਮਝਣਾ ਕਿ ਸਦਾਕਤ ਸਾਹਿਬ ਬੜਾ ਕੰਪਰੀਹੈਂਸਿਵਲੀ ਮੁਲਕ ਦੇ ਬਾਰੇ 'ਚ ਪਾਰਟੀ ਦੇ ਬਾਰੇ 'ਚ ਗੱਲ ਕੀਤੀ ਨੇ ਅਤੇ ਮੈਂ ਵੀ ਥੋੜ੍ਹਾ ਜਿਹਾ ਐਡ ਕਰਨਾ ਚਾਹੁੰਦਾ ਇਸ ਮਾਮਲੇ ਦੇ ਵਿੱਚ ਕਿ ਮੈਂ ਸਮਝਣਾ ਜਿਸ ਮੁਲਕ 'ਚ ਸਾਡਾ ਜਿਸ ਹਾਲਾਤ 'ਚ ਸਾਡਾ ਮੁਲਕ ਗੁਜ਼ਰਨਾ ਪਿਆ ਉਹ ਸ਼ਾਇਦ ਆਮ ਲੋਕਾਂ ਕੀ ਤਰ੍ਹਾਂ ਮਹਿਸੂਸ ਨਾ ਹੋਵੇ ਜਾਂ ਨਾ ਪਤਾ ਲੱਗਣਾ ਹੋਵੇ ਮਗਰ ਅਗਰ ਤੁਸੀਂ ਉਸ ਵੀ ਥੋੜ੍ਹੀ ਜਿਹੀ ਸਟੱਡੀ ਕਰੋ ਤਾਂ ਇਸ ਵੇਲੇ ਇਤਨੇ ਬੁਰੇ ਹਾਲਾਤ ਹੈ ਜਿਹੜੇ ਮੈਂ ਸਮਝਣਾ ਕਿ ਪਿਛਲੇ 25-30 ਸਾਲ ਵੀ ਬੁਰੇ ਹਾਲਾਤ ਨਹੀਂ ਹੋਏ ਤੁਸਾਂ ਨੇ ਗਰਦਿਸ਼ੀ ਕਰਜ਼ੇ ਜਿਹੜੇ ਆ ਲੋਡ ਸ਼ੈਡਿੰਗ ਫਿਰ ਤੋਂ ਸ਼ੁਰੂ ਹੋਈ ਗਰਦਿਸ਼ੀ ਕਰਜ਼ੇ ਜਿਹੜੇ 900 ਅਰਬ ਉੱਪਰ ਪਹੁੰਚੇ ਹੋਏ ਡਾਲਰ ਕੀ ਡਿਪਰੀ ਡਾਲਰ ਕੀ ਇਨਕਰੀਜ਼ ਕੀਤਾ ਨੇ ਰੁਪਈ ਕੀ ਡਿਪਰੀਸ਼ੀਏਟ ਕੀਤਾ ਨੇ ਸਾਡੀ ਡੈਟ ਇਨਕਰੀਜ਼ ਕਰੇਗੀ ਸੋ ਮੈਂ ਸਮਝਣਾ ਕਿ ਉਸ ਰਵਾਇਤ ਹੱਲ ਲੇਖਾ ਐਵੇਂ ਤਾਂ ਅਸੀਂ ਆਖਦੇ ਰਹਿੰਦੇ ਹਾਂ ਕਿ 2018 ਆ ਗਿਆ 2018 ਨੇ ਇਲੈਕਸ਼ਨ ਆ ਗਈ ਤੋ ਮੈਂ ਸਮਝਦਾ ਕਿ ਜੇ ਕਿਤੇ 2018 ਨੇ ਇਲੈਕਸ਼ਨ ਵਿੱਚ ਅਸਾਂ ਕਮ ਅਜ਼ ਕਮ ਆਵਾਮ ਸਾਡੇ ਦੋਸਤ ਸਾਡੇ ਸਾਥੀ ਖੜ੍ਹੇ ਹੋਈ ਗੱਛੀ ਹੈ ਇਸ ਦੇ ਖਿਲਾਫ ਤਾਂ ਮੈਂ ਸਮਝਦਾ ਪਾਕਿਸਤਾਨ ਤਰੀਕੇ ਇਨਸਾਫ ਮੈਂ ਦੇਗਾ ਕੋਈ ਚੀਜ਼ ਨਹੀਂ ਰੋਕੀ ਸਕਣੀ ਪਾਕਿਸਤਾਨ ਤਰੀਕੇ ਇਨਸਾਫ ਦੀ ਪਾਵਰ ਦੇਖਣੀ ਸੀ ਤਾਂ ਮੈਂ ਸਮਝਣਾ ਕਿ ਪਾਵਰ ਇੱਕ ਇੰਨੀ ਚੀਜ਼ ਹੋਣੀ ਕਿ ਤਰੀਕੇ ਇਨਸਾਫ ਪਾਵਰ 'ਚ ਆ ਗਿਆ ਸੀ ਮੈਂ ਸਮਝਣਾ ਕਿ ਜੈਨੂਨਲੀ ਪਾਕਿਸਤਾਨ ਤਰੀਕੇ ਇਨਸਾਫ ਪਾਵਰ 'ਚ ਆਈ ਉਸ ਦਾ ਮਾਡਲ KPK ਵਿੱਚ ਮੌਜੂਦਾ KPK ਵਿੱਚ ਉਸ ਦਾ ਮਾਡਲ ਮੌਜੂਦ ਆ ਸਭ ਤੋਂ ਜ਼ਿਆਦਾ ਮੈਂ ਸਮਝਦਾ ਕਿ ਇਸ ਕੌਮ ਕੀ ਜਿਸ ਸ਼ੋਬੇ 'ਚ ਤਰੱਕੀ ਚਾਹੀਦੀ ਉਹ ਤਾਲੀਮ ਅਤੇ ਸਿਹਤ ਨੇ ਸ਼ੋਬੇ 'ਚ ਤਰੱਕੀ ਚਾਹੀਦੀ ਔਰ ਤਾਂ ਹੀ ਕੌਮਾਂ ਵੱਡਦੀਆਂ ਕਿ ਤਰੱਕੀ ਕਰਨੀਆਂ ਜੇ ਸਿਹਤ ਅਤੇ ਤਾਲੀਮ ਉਸ ਕੌਮ ਲਈ ਬੇਸਿਕ ਨੈਸੈਸਿਟੀ ਪੂਰੀ ਹੋਏ ਤਾਂ ਮੈਂ ਸਮਝਣਾ ਕਿ ਤੁਸੀਂ ਕਹਿੰਦੀ ਜਾਵੇਦ ਕੌਸਰ ਸਾਹਿਬ ਹੈ ਸਾਡੇ ਦੋਸਤ ਹੈ ਸਾਡੇ ਸਾਥੀ ਹੈ ਤਾਂ ਮੈਂ ਸਮਝਣਾ ਕਿ ਬੜੇ ਚੰਗੇ ਸਾਡੇ ਕੈਂਡੀਡੇਟ ਹੈ ਇਨਸ਼ਾਅੱਲਾ ਤਾਲਾ ਤੁਸੀਂ ਖਿਦਮਤ ਕਰ ਸਕਣ ਕਾਮਯਾਬ ਹੋਈ ਅਤੇ ਮਿਹਨਤ ਕਰ ਸਕਣ ਇੱਥੇ ਪਾਕਿਸਤਾਨ ਦੇ ਤਰੀਕੇ ਇਨਸਾਫ ਦੇ ਨਜ਼ਰੀਏ ਪਰ ਚੱਲ ਸਕਣ ਅਤੇ ਮੈਂ ਉਮੀਦ ਰੱਖਦਾ ਸੋ ਸਾਰੇ ਦੋਸਤ ਸਾਥੀ ਇਹਨਾਂ ਨਾਲ ਭਰਪੂਰ ਸਾਥ ਦੇ ਸਕਣ ਪਹਿਚਾਣ ਕਰਾਉਣੀ ਖਾਤਰ ਮੈਂ ਕਰਾਇਆ ਉਸ ਤੋਂ ਬਾਅਦ ਅੱਜ ਬੜੀ ਪਿਛਲੀ ਗੱਲ ਹੈ ਕਿ ਸਾਰੇ MNA ਸਾਹਿਬ ਵੀ ਦੋਨੋਂ ਹਜ਼ਰਾਤ ਤਸ਼ਰੀਫ ਲੈ ਆਏ
ਜਿਸ ਵਕਤ ਸਨ 2013 ਨਾਲ ਇਲੈਕਸ਼ਨ ਹੋਇਆ ਸੀ ਅਤੇ ਸਦਾਕਤ ਅਬਾਸੀ ਦੀਆਂ ਨਾਮ ਜ਼ਿਕਰ ਹੀ ਚਲਾ ਕੇ ਮੇਰੇ ਸੌ ਰੁਪਏ ਗਿਆ ਲਿਖਵਾਈ 17 ਵੋਟ ਜਿਹਨੇ ਇਕੱਲਾ ਬੰਦਾ ਸਿਰਫ ਲੋਕਾਂ ਦੇ ਨਾਲ ਵੀ ਅੱਖਾਂ ਨਾਲ ਵੀ ਬਗੈਰ ਕਿਸੇ ਲਾਲਚ ਤੋਂ ਜਿਨ੍ਹਾਂ ਨੂੰ ਅੱਜ ਤੱਕ ਮੇਰੀ ਪਹਿਚਾਣ ਨਹੀਂ ਸੀ ਮੈਂ 17 ਵੋਟ ਇਹਨਾਂ ਨੇ ਜਿੱਤੇ ਰਹਿ ਗਏ ਜਨਾਬ 36 ਸਾਲ ਜਿੱਤੇ 5 ਸਾਲ ਦੇ ਦਰਮਿਆਨ 'ਚ ਹਾਰੇ ਲੇਕਿਨ ਮੇਰੇ ਇੱਥੇ ਜ਼ਰੂਰ ਹੈਂਡ ਸੀ ਅਸਾਂ ਅੱਜ ਮੈਂ ਐਲਾਨੀਆ ਇਹ ਗੱਲ ਕਹਿਣਾ ਹਾਂ ਕਿ ਮੈਂ ਤਾਰਕ ਮਜ਼ਾ ਸੱਦੀ ਸਾਹਿਬ ਅਗਰ ਤੁਸੀਂ ਪਿਛਲੇ ਖਿਆਲਾਤ ਛੋੜੋ ਪੀਪੀ ਵਾਲੇ ਜਿਸ ਤਰ੍ਹਾਂ ਅਸਾਂ ਸੌਜ ਬਗਿਆਲ ਵਿੱਚ ਇਸ ਪੂਰੇ ਹਲਕੇ 'ਚ ਤੁਸੀਂ ਆਖੋ ਕਿ ਇੱਕ ਵੀ ਵੋਟ ਤੁਹਾਡਾ ਲਗਾ ਵਾ ਕੋਈ ਨਹੀਂ ਲਗਾ ਵਾ ਇਨਸ਼ਾਅੱਲਾ ਅਸਾਂ ਤੁਸਾਂ ਨਾਲ ਤਾਵਰ ਕਰਾਂਗੇ ਅਤੇ ਜੇ ਤੁਸੀਂ ਪਿਛਲੇ ਖਿਆਲਾਤ ਪੀਪੀ ਵਾਲੇ ਰੱਖੋ ਸਾਡੇ ਵਾਸਤੇ ਮੌਸਮ ਅਗਰ ਇਹਨਾਂ ਅਸੀਂ ਕੋਈ ਹੋਰ ਲੇਕਿਨ 7 ਤਾਰੀਖ ਇਨਸਾਫ ਨੂੰ ਨਹੀਂ ਛੱਡਾਂਗੇ ਮੈਂ ਬਾਅਦ ਫਰਕ ਬੰਦਾ ਹਾਂ ਮੇਰੀ ਰਾਜੇ ਸਾਹਿਬ ਨਾਲ ਥੋੜ੍ਹੀ ਜਿਹੀ ਹੋਈ ਵੋਟਾਂ ਦੇ ਸਿਲਸਿਲੇ 'ਚ ਪੋਲਾਂ ਦੇ ਸਿਲਸਿਲੇ 'ਚ ਮੈਂ ਉਹਨਾਂ ਪੋਲਾਂ ਦੇ ਦਰਮਿਆਨ ਹੀ ਰਾਜੇ ਸਾਹਿਬ ਨੂੰ ਰਹਾ ਕੇ ਮੈਂ ਕਸਮ ਚੁੱਕ ਕੇ ਕਹਿ ਸਕਦਾ ਕਿ ਮੈਂ ਪੀਪੀ ਤੋਂ ਇਲਾਵਾ ਵੋਟ ਮੁਸਲਿਮ ਲੀਗ ਨਹੀਂ ਦਿੱਤੀ ਲੇਕਿਨ ਮੈਂ ਆਪਣੀ ਵੋਟ ਦਿੱਤੀ ਲੋਕਾਂ ਦੀਆਂ ਵੋਟਾਂ ਪੰਨੀ ਰਾਜੇ ਸਾਹਿਬ ਦੀਆਂ ਵੋਟਾਂ ਜਿੰਨਾ ਭਰੀ ਮਾਰ ਸੀ ਉਹ ਮੈਂ ਮੁਸਲਿਮ ਲੀਗ ਕੀ ਦੁਨੀਆ ਉਹ ਰਾਜਾ ਗੁਆ ਲਈ ਉਹ ਪਿੱਛੇ ਬੈਠੇ ਅੱਜ ਸਿਰਫ ਕਾਫੀ ਦਿਨ ਤੋਂ ਜਾਵੇਦ ਕੌਸਰ ਸਾਹਿਬ ਇਸ ਹਲਕੇ 'ਚ ਆਏ ਸਾਡਾ ਹਲਕਾ ਕਿਰਨੇ ਦੀ ਵਜ੍ਹਾ ਤੋਂ 5 ਯੂਨੀਅਨ ਕੌਂਸਲਾਂ ਸਾਡੀਆਂ ਅਲੱਗ ਹੋਣ ਦੀ ਵਜ੍ਹਾ ਤੋਂ ਅਸਾਂ ਇਹਨਾਂ ਨਾਲ ਮਿਲ ਗਿਆ ਇਹਨਾਂ ਨੂੰ ਅਸਾਂ ਖੁਸ਼ ਉਮੀਦ ਕਰਦੇ ਹਾਂ ਔਰ ਇਹ ਇਨਸ਼ਾਅੱਲਾ ਉਮੀਦ ਰੱਖਦੇ ਹਾਂ ਠੀਕ ਹੈ ਕਿ ਅਸਾਂ ਆਪਣੀ ਤਰਫੋਂ ਭਰਪੂਰ ਤਰੀਕੇ ਨਾਲ ਕੋਸ਼ਿਸ਼ ਕਰਾਂ ਅਤੇ ਇਹਨਾਂ ਨੂੰ ਇਨਸ਼ਾਅੱਲਾ ਕਾਮਯਾਬ ਕਰਾਂ ਅਗਲਾ ਵਾਅਦਾ ਸਾਡਾ ਇਹ ਵੀ ਆ ਮੇਰਾ ਆਪਣਾ ਇਮਾਨ ਮੇਰਾ ਆਪਣਾ ਵਾਅਦਾ ਆ ਕਿ ਜਿਸ ਨੂੰ ਪਾਰਟੀ ਟਿਕਟ ਦਿੱਤੀ ਅਗਰ ਕਿਸੇ ਦੂਜੇ ਬੰਦੇ ਨੂੰ ਪਾਰਟੀ ਟਿਕਟ ਦਿੱਤਾ ਅਸਾਂ ਇਹਨਾਂ ਨਾਲ ਕੋਈ ਮਿੱਟੇ ਨਹੀਂ ਕੋਈ ਨਹੀਂ ਅਸਾਂ ਕਿ ਜਿਸ ਬੰਦੇ ਨੂੰ ਪਾਰਟੀ ਟਿਕਟ ਦੇ ਸੀ ਅਸਾਂ ਉਸ ਬੰਦੇ ਨਾਲ ਉਸਨੇ ਹਮਾਇਤ ਕਰਨਾ ਕੰਮ